ਅਸਲਾਮ ਅਲੈਕੁਮ ਜੀ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਸੇਵ ਗੁਰਦੁਆਰਾ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ ਪੇਜ ਔਰ ਇਹ ਹੈ ਮੇਰਾ ਪਾਕਿਸਤਾਨ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਖਾਲਸਾ ਰਾਜ ਵਾਲ ਆਰਟ ਵਾਲ ਫ੍ਰੈਸਕੋ ਐਂਡ ਸ਼ਾਹਿਦ ਸ਼ਬੀਰ ਫੋਟੋਗ੍ਰਾਫੀ ਖਾਲਸਾ ਰਾਜ ਫੁੱਟਸਟੈਪਸ ਲੱਭਦਿਆਂ ਹੋਇਆਂ ਅੱਜ ਮੈਂ ਪਹੁੰਚਿਆ ਰਾਵਲਪਿੰਡੀ ਦੇ ਸਰਕੂਲਰ ਰੋਡ ਦੇ ਉੱਤੇ ਹਾਂ ਜਿਹਨੂੰ ਕਿ ਪੁਰਾਣਾ ਸੈਦਪੁਰੀ ਰੋਡ ਵੀ ਕਹਿਲਾਉਂਦਾ ਹੈ। ਇਹ ਸੈਦਪੁਰੀ ਰੋਡ ਜਿਹੜਾ ਹੈ ਉਹਦੇ ਉੱਤੇ ਇੱਕ ਬਹੁਤ ਵੱਡਾ ਇੱਕ ਮੈਂਸ਼ਨ ਹੈ ਕਿ ਜਿਹਨੂੰ ਦੁਰਗਾ ਨਿਵਾਸ ਮੈਂਸ਼ਨ ਕਿਹਾ ਜਾਂਦਾ ਸੀ। ਮੈਂ ਇਹਦੇ ਮੁਤਲਕ ਅਕਸਰ ਸੋਚਦਾ ਰਹਿੰਦਾ ਸੀ ਕਿ ਮੈਨੂੰ ਪਤਾ ਚੱਲੇ ਕਿ ਵੀ ਦੁਰਗਾ ਨਿਵਾਸ ਮੈਂਸ਼ਨ ਜਿਹੜਾ ਹੈ ਇਹਦੇ ਅਸਲ ਹੱਕਦਾਰ ਕੌਣ ਨੇ, ਇਹਦੇ ਵਾਰਸ ਕੌਣ ਨੇ, ਅਤੇ ਮੈਨੂੰ ਇਹ ਸਵਾਲ ਕਾਫੀ ਵਾਰ ਤੰਗ ਕਰਦਾ ਰਿਹਾ। ਲੇਕਿਨ ਇੱਕ ਦਿਨ ਅਚਾਨਕ ਜਦੋਂ ਡਾਕਟਰ ਜਸਦੇਵ ਸਾਹਿਬ ਜਸਦੇਵ ਸਾਹਨੀ ਸਾਹਿਬ ਡਾਕਟਰ ਨੇ ਮੈਨੂੰ ਇੰਗਲੈਂਡ ਤੋਂ ਕਾਲ ਕੀਤੀ ਔਰ ਮੈਨੂੰ ਦੱਸਿਆ ਕਿ ਮੇਰੇ ਪੁਰਖਾਂ ਦਾ ਘਰ ਜਿਹੜਾ ਹੈ ਉਹ ਰਾਵਲਪਿੰਡੀ ਸ਼ਹਿਰ ਦੇ ਅੰਦਰ ਹੈ ਅਤੇ ਮੈਂ ਉਹਨਾਂ ਨੂੰ ਵਾਅਦਾ ਕੀਤਾ ਕਿ ਮੈਂ ਤੁਹਾਨੂੰ ਤੁਹਾਡਾ ਘਰ ਲਾਜ਼ਮੀ ਦਿਖਾਵਾਂਗਾ। ਇਹ ਦੇਖੋ ਇਹ ਜਿਹੜੀ ਪੁਰਾਣੀ ਬਿਲਡਿੰਗ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਸਾਹਮਣੇ ਇੰਸਪੈਕਟਰਸ ਹਾਊਸ ਔਰ ਇੰਸਪੈਕਟਰਸ ਹਵੇਲੀ ਆਫ ਡਾਕਟਰ ਜਸਦੇਵ ਸਿੰਘ ਸਾਹਨੀ ਇਹਨਾਂ ਦੇ ਜਿਹੜੇ ਗ੍ਰੈਂਡ ਫਾਦਰ ਸਨ ਗ੍ਰੈਂਡ ਗ੍ਰੈਂਡ ਫਾਦਰ ਜਿਹੜੇ ਨੇ ਉਹ ਉਹਨਾਂ ਦਾ ਨਾਮ ਸੀ ਸਰਦਾਰ ਬੁੱਧ ਸਿੰਘ ਸਾਹਨੀ ਜਿਹੜੇ ਕਿ ਕੋਲ ਮਰਚੈਂਟ ਸਨ ਰਾਵਲਪਿੰਡੀ ਦੇ ਰਾਵਲਪਿੰਡੀ ਸ਼ਹਿਰ ਦੇ ਸਭ ਤੋਂ ਵੱਡੇ ਬ੍ਰੋਕਰ ਜਿਹੜੇ ਸਨ ਕੋਲ ਮਰਚੈਂਟ ਸਨ ਇਹ ਉਹਨਾਂ ਦੀ ਹਵੇਲੀ ਸੀ 1934 ਦੇ ਅੰਦਰ ਬਣਿਆ ਹੋਇਆ ਸ਼ਾਹਕਾਰ ਜਿਹੜਾ ਤੁਹਾਡੇ ਸਾਹਮਣੇ ਮੈਂ ਇਹ ਮੈਂ ਦਿਖਾ ਰਿਹਾ ਵਾਂ ਇੰਸਪੈਕਟਰਸ ਹਵੇਲੀ ਆਫ ਦਾ ਜਸਦੇਵ ਸਿੰਘ ਡਾਕਟਰ ਜਸਦੇਵ ਸਿੰਘ ਅੱਜ ਕੱਲ੍ਹ ਇਹ ਜਿਹੜੀ ਪ੍ਰੋਪਰਟੀ ਓਨਡ ਬਾਏ ਅ ਵਨ ਮੁਸਲਿਮ ਫੈਮਿਲੀ ਹੈ ਹਵੇਲੀ ਮੀਰ ਬਾਬਾ ਇਹ ਉਰਦੂ ਟੈਕਸਟ ਵਿੱਚ ਲਿਖਿਆ ਹੋਇਆ ਔਰ ਉੱਤੇ ਤੁਸੀਂ ਦੇਖੋ ਤੁਹਾਨੂੰ ਸੱਤ ਦੇ ਉੱਤੇ ਪਹਿਲੇ ਨਿਕਲੇਗਾ ਇੱਕ ਓਨਕਾਰ ਸਤਿਗੁਰ ਪ੍ਰਸਾਦ ਦੁਰਗਾ ਨਿਵਾਸ 1934 ਦੁਰਗਾ ਨਿਵਾਸ ਤਾਂ ਮੈਂ ਪਹਿਲੇ ਵੀ ਦਿਖਾ ਚੁੱਕਿਆ ਲੇਕਿਨ ਇਹਦੀ ਇਸ ਤਰੀਕੇ ਨਾਲ ਹਿਸਟਰੀ ਐਕਸਪਲੋਰ ਕਰਨਾ ਮੈਂ ਕਹਾਂਗਾ ਕਿ ਮੇਰੇ ਲਈ ਜਿਹੜਾ ਬਾਇਸੇ ਫਖਰ ਦੀ ਗੱਲ ਹੈ ਕਿ ਮੈਂ ਫਸਟ ਟਾਈਮ ਦਿਖਾ ਰਿਹਾ ਇਹ ਥੱਲੇ ਬਣੀਆਂ ਹੋਈਆਂ ਮੇਨ ਦੁਕਾਨਾਂ ਨੇ ਪ੍ਰੀ ਪਾਰਟੀਸ਼ਨ ਵੀ ਇੱਥੇ ਇੱਕ ਮੀਟ ਦੀ ਦੁਕਾਨ ਸੀ ਔਰ ਇੱਕ ਡਾਕਟਰ ਦੀ ਦੁਕਾਨ ਸੀ ਬਾਕੀ ਦੂਸੀਆਂ ਕਰਿਆਨੇ ਦੀਆਂ ਦੁਕਾਨਾਂ ਸਨ ਔਰ ਦੂਸੀਆਂ ਦੁਕਾਨਾਂ ਸਨ ਔਰ ਤਮਾਮ ਫੁੱਟਸਟੈਪਸ ਲੱਭ ਕੇ ਫਿਰ ਮੈਂ ਇੱਥੇ ਕਨਫਰਮ ਕਰ ਰਿਹਾ ਵਾਂ ਕਿਉਂਕਿ ਇਹ ਹਵੇਲੀ ਜਿਹੜੀ ਹੈ ਜਸਟ 300 ਮੀਟਰ ਦੇ ਫਾਸਲੇ 'ਤੇ ਵੇ ਬੰਨੀ ਤੋਂ ਜਿਹੜਾ ਕਿ ਇੱਕ ਵੱਡਾ ਸਰੋਵਰ ਸੀ ਜਿੱਥੇ ਕਿ ਸੁਬਹਾ ਲੋਕ ਇਸ਼ਨਾਨ ਕਰਦੇ ਸਨ ਔਰ ਇਹ ਨਾਲ ਹੀ ਜਿਹੜਾ ਉਹ ਲਾਈਟ ਦਾ ਪੋਲ ਹੁੰਦਾ ਸੀ ਜਿਹੜਾ ਕਿ ਮਿਊਂਸਪੈਲਿਟੀ ਦਾ ਸੀ ਬਿਊਟੀਫੁਲ ਐਂਟਰੈਂਸ ਬਾਜ਼ਾਰ ਅੰਦਰ ਖੁੱਲ੍ਹਦੀ ਹੈ ਡਬਲ ਸਟੋਰੀ ਟ੍ਰਿਪਲ ਸਟੋਰੀ ਦੇ ਉੱਤੇ ਜਾ ਕੇ ਜਿਹੜਾ ਤੀਸਰੀ ਮੰਜ਼ਿਲ ਦੇ ਉੱਤੇ ਜਿਹੜੀ ਉਹ ਬਾਲਕਨੀ ਬਣ ਜਾਂਦੀ ਹੈ ਅਸਲਾਮ ਅਲੈਕੁਮ ਜੀ ਹਵੇਲੀ ਮੀਰ ਬਾਬਾ ਜੀ ਇਹ ਜੀ ਹਵੇਲੀ ਮੀਰ ਬਾਬਾ ਦੇ ਨਾਮ ਤੋਂ ਜਾਣੀ ਜਾਂਦੀ ਹੈ ਅੱਜ ਕੱਲ੍ਹ ਔਰ ਜਸਦੇਵ ਸਾਹਨੀ ਸਾਹਿਬ ਦੇ ਜਿਹੜੇ ਗ੍ਰੈਂਡ ਪੇਰੈਂਟ ਸਨ ਇਹਨਾਂ ਦੇ ਦਾਦਾ ਜੀ ਜੇ ਸਨ ਉਹਨਾਂ ਦਾ ਨਾਮ ਸੀ ਬੁੱਧ ਸਿੰਘ ਬੁੱਧ ਸਿੰਘ ਜਿਹੜੇ ਸਨ ਉਹਨਾਂ ਨੇ ਇਹ ਹਵੇਲੀ ਬੜੇ ਆਓ ਔਰ ਬੜੇ ਚਾਓ ਦੇ ਨਾਲ ਬਣਾਈ ਔਰ ਇਹਦੇ ਕਮ ਅਜ਼ ਕਮ ਕੁੱਲ ਮਿਲਾ ਕੇ 9 ਤੋਂ ਜ਼ਿਆਦਾ ਰੂਮ ਨੇ 5 ਥੱਲੇ ਨੇ 4 ਉੱਤੇ ਨੇ ਫਿਰ ਉੱਤੇ 2 ਡਿਓੜੀਆਂ ਬਣੀਆਂ ਹੋਈਆਂ ਨੇ ਇਹ ਦੇਖੋ ਤੁਸੀਂ ਬ੍ਰਿਕਸ ਨਾਲ ਬਣਿਆ ਹੋਇਆ ਪੂਰੇ ਐਵੀਡੈਂਸ ਡਾਕਟਰ ਸਾਹਨੀ ਸਾਹਿਬ ਤੁਹਾਡੇ ਹੱਕ ਵਿੱਚ ਜਾਂਦੇ ਨੇ ਇਹ ਪਿਛਲੇ ਪਾਸੇ ਵੀ ਹਵੇਲੀ ਦਾ ਰਸਤਾ ਜਾ ਕੇ ਖੁੱਲ੍ਹਾ ਕੁਛ ਰੂਮਸ ਜਿਹੜੇ ਨੇ ਉਹਨਾਂ ਦੀਆਂ ਛੱਤਾਂ ਗਿਰ ਚੁੱਕੀਆਂ ਨੇ ਲੇਕਿਨ ਬਾਹਰੋਂ ਜਿਹੜਾ ਪਰਸਪੈਕਟਿਵ ਵਿਊ ਹੈ ਉਹ ਅੱਜ ਵੀ ਆਪਣੀ ਆਬੋ ਤਾਬ ਦਿਖਾ ਰਿਹਾ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਮੈਂ ਤੁਹਾਨੂੰ ਦਿਖਾ ਰਿਹਾ ਅੱਜ ਦੁਰਗਾ ਨਿਵਾਸ ਦੇ ਗ੍ਰੈਂਡ ਪੇਰੈਂਟਸ ਹਵੇਲੀ ਆਫ ਡਾਕਟਰ ਜਸਦੇਵ ਸਿੰਘ ਔਰ ਸਰਦਾਰ ਬੁੱਧ ਸਿੰਘ ਜੀ ਦੀ ਇਹ ਜਿਹੜੀ ਹੈ ਮਿਹਨਤ ਹੈ ਕਾਵਿਸ਼ ਹੈ ਜਿਹੜੀ ਕਿ ਪ੍ਰੀ ਪਾਰਟੀਸ਼ਨ ਜਿਹੜੀ ਉਹਨਾਂ ਨੇ ਆਪਣੇ ਬੱਚਿਆਂ ਵਾਸਤੇ ਬਣਾਈ ਸੀ ਇਸ ਘਰ ਦੇ ਵਿੱਚ ਰਹਿਣ ਵਾਲੀ ਫੈਮਿਲੀ ਦੇ ਮੁਤਲਕ ਮੈਨੂੰ ਕੁਛ ਥੋੜ੍ਹਾ ਜਿੰਨਾ ਜਿਹੜਾ ਮੈਂ ਦੱਸਣਾ ਚਾਹਾਂਗਾ ਤੁਹਾਨੂੰ ਕਿ ਇੱਥੇ ਬਹੁਤ ਜ਼ਿਆਦਾ ਸਾਰੇ ਲੋਕ ਰਹਿੰਦੇ ਸਨ ਕਿ ਅਗਰ ਦੇਖਿਆ ਜਾਵੇ ਤਾਂ ਇਨਸਾਨ ਕੀ ਕੁਛ ਸੋਚਦਾ ਹੈ ਔਰ ਹੁੰਦਾ ਕੁਝ ਵੀ ਨਹੀਂ ਹੈ ਡਾਕਟਰ ਜਸਦੇਵ ਸਿੰਘ ਜਿਹੜੇ ਨੇ ਉਹ ਬੇਟੇ ਨੇ ਚੰਨੀ ਸਿੰਘ ਸਰਦਾਰ ਚੰਨੀ ਸਿੰਘ ਦੇ ਪਿਆਰ ਨਾਲ ਚੰਨੀ ਸਿੰਘ ਕਹਿੰਦੇ ਸਨ ਉਹਨਾਂ ਨੂੰ ਉਹਨਾਂ ਦੇ ਬੇਟੇ ਨੇ ਉਹਨਾਂ ਦੀ ਉਮਰ ਸਭ ਤੋਂ ਕਮ ਸੀ 3 ਸਾਲ ਉਹਨਾਂ ਦੀ ਉਮਰ ਸੀ ਜਦੋਂ ਉਹ ਇੱਥੇ ਪੈਦਾ ਹੋਏ ਸਨ ਔਰ ਪਾਰਟੀਸ਼ਨ ਹੋ ਗਿਆ ਸੀ ਫਿਰ ਉਹਨਾਂ ਦੇ ਵੱਡੇ ਜਿਹੜੇ ਬੇਟੇ ਸਨ ਬੁੱਧ ਸਿੰਘ ਸਾਹਿਬ ਦੇ ਜਿਹੜੇ ਵੱਡੇ ਬੇਟੇ ਸਨ ਉਹਨਾਂ ਦਾ ਨਾਮ ਸੀ ਸਰਜੀਤ ਸਿੰਘ
ਉਹਨਾਂ ਦੀ ਉਮਰ 17 ਸਾਲ ਸੀ ਜਦੋਂ ਵੰਡ ਹੋਈ। ਬੇਟੀ ਦਾ ਨਾਮ ਸੀ ਰਾਣੀ, ਜਿਹੜੀ ਕਿ 14 ਸਾਲ ਉਮਰ ਸੀ। ਔਰ ਉਸ ਤੋਂ ਬਾਅਦ ਬੇਟਾ ਸੀ ਰਣਬੀਰ ਸਿੰਘ, ਉਹਨਾਂ ਦੀ ਉਮਰ ਸੀ 8 ਸਾਲ। ਔਰ ਨਿਰਮਲ ਸਿੰਘ ਜਿਹੜੇ ਉਸ ਵੇਲੇ ਸਨ ਉਹ 6 ਸਾਲ ਦੇ ਸਨ। ਯਾਨੀ ਕਿ ਮੈਂ ਜ਼ਿਕਰ ਕਰ ਰਿਹਾ ਵਾਂ ਇਹਨਾਂ ਦੇ ਜਿਹੜੇ ਦਾਦਾ ਜੀ ਉਹਨਾਂ ਦੇ ਭੈਣ ਭਰਾਵਾਂ ਦੇ ਮੁਤਲਕ ਹੈ। ਇਹ ਦੋ ਰਸਤੇ ਜਿਹੜੇ ਨੇ, ਰਾਈਟ ਔਰ ਇਹ ਦੂਸਰਾ ਲੈਫਟ, ਇਹ ਹਵੇਲੀ ਦੇ ਉਤਲੇ ਪਾਰਟ ਨੂੰ ਜਾਂਦਾ ਹੈ। ਇਹ ਘਰ ਦਾ ਸਟੋਰ ਰੂਮ ਹੈ। ਔਰ ਉਸ ਕੋਲੋਂ ਬਾਅਦ ਜਿਹੜਾ ਹੈ, ਸਰ ਇਧਰ ਖੁੱਲ੍ਹਣਾ ਪਲੀਜ਼। ਹਾਂ, ਕਮਰੇ ਵੀ ਦੇਖੇਂਗੇ। ਇਹ ਦੋ ਰਾਹ ਜਾਂਦੇ ਨੇ। ਫਸਟ ਫਲੋਰ ਦੇ ਜਿਹੜੀ ਇਹ ਪੇਵਡ ਹੈ, ਜਿੱਥੋਂ ਕਿ ਅੱਗੇ ਜਾਇਆ ਜਾਂਦਾ। ਇਹ ਦੇਖੋ, ਇੱਥੋਂ ਆ ਕੇ ਅੱਗੋਂ ਇਹ ਖਤਮ ਹੋ ਜਾਂਦੀ ਹੈ। ਇਸ ਜਗ੍ਹਾ ਤੋਂ ਜਾਲੀ ਵਗੈਰਾ ਗਿਰ ਚੁੱਕੀ ਹੈ। ਮੇਰੀ ਅੱਜ ਦੀ ਹੈ ਸ਼ਾਮ ਡਾਕਟਰ ਸਾਹਨੀ ਸਾਹਿਬ ਔਰ ਉਹਨਾਂ ਦੀ ਫੈਮਿਲੀ ਦੇ ਨਾਮ, ਬੁੱਧ ਸਿੰਘ ਦੇ ਨਾਮ। ਮੈਂ ਘਰ ਵਾਲਿਆਂ ਦਾ ਬੜਾ ਸ਼ੁਕਰ ਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਮੈਨੂੰ ਘਰ ਨੂੰ ਦੇਖਣ ਦਾ, ਬਾਬਾ ਮੀਰ ਸਾਹਿਬ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ। ਇਹ ਹਵੇਲੀ ਹੁਣ ਉਹਨਾਂ ਦੇ ਕੋਲ ਹੈ। ਮੈਂ ਵਾਪਸ ਜਾ ਕੇ ਅਤੇ ਉਹਨਾਂ ਨਾਲ ਮੈਂ ਤੁਹਾਡੀ ਗੱਲ ਵੀ ਕਰਾਵਾਂਗਾ। ਇਹ ਹਾਲ ਹੀ 'ਚ ਹੀ ਉਹਨਾਂ ਨੇ ਖਰੀਦੀ ਹੈ। ਬਹੁਤ ਜ਼ਿਆਦਾ ਸਾਰੇ ਰੂਮ ਨੇ ਦੇਖਣ ਵਿੱਚ। ਮੇਨ ਜਿਹੜੇ ਰੂਮ ਨੇ ਉਹ 9 ਨੇ, ਲੇਕਿਨ ਅਗਰ ਸਬ ਲੈਟ ਰੂਮਸ ਵਗੈਰਾ ਵਿੱਚ ਪਾਏ ਜਾਣ ਤਾਂ ਕੁੱਲ ਮਿਲਾ ਕੇ 11 ਰੂਮਸ ਨੇ। ਔਰ ਵਾਹਿਦ ਸੈਦਪੁਰ ਦੇ ਅੰਦਰ, ਸੈਦਪੁਰੀ ਰੋਡ ਦੇ ਉੱਤੇ ਜਿਹੜੀ ਹੈ, ਇਹ ਵਾਹਿਦ ਹਵੇਲੀ ਹੈ ਕਿ ਜਿਹਦਾ ਰਕਬਾ 1 ਨਾਲ ਹੈ। ਬਾਕੀ ਕੋਈ 17 ਮਰਲੇ ਹੈ, ਕੋਈ 18 ਮਰਲੇ ਹੈ, ਔਰ ਕੋਈ 10 ਮਰਲੇ ਤੋਂ ਵੱਡਾ ਮਕਾਨ ਇੱਥੇ ਮੌਜੂਦ ਨਹੀਂ ਹੈ। ਮੈਂ ਕਹਾਂਗਾ ਮੈਂ ਬਹੁਤ ਸ਼ੁਕਰ ਗੁਜ਼ਾਰ ਹਾਂ ਡਾਕਟਰ ਜਸਦੇਵ ਸਿੰਘ ਕਿ ਜਿਨ੍ਹਾਂ ਨੇ ਮੈਨੂੰ ਇਸ ਕੰਮ ਵਾਸਤੇ ਸੁਣਿਆ। ਔਰ ਇਹ ਜਗ੍ਹਾ ਜਿਹੜੀ ਹੈ ਮੇਰੇ ਹੱਥੋਂ ਹੀ ਐਕਸਪਲੋਰ ਹੋਣੀ ਸੀ, ਕਿਉਂਕਿ ਮੈਂ ਬਹੁਤ ਵਾਰੀ ਇਹਦੀਆਂ ਤਸਵੀਰਾਂ ਔਰ ਇੱਕ ਵਾਰੀ ਮੈਂ ਵੀਡੀਓ ਵੀ ਪਹਿਲੇ ਸ਼ੇਅਰ ਕਰ ਚੁੱਕਿਆ ਵਾਂ, ਲੇਕਿਨ ਮੈਨੂੰ ਪਤਾ ਨਹੀਂ ਸੀ ਕਿ ਇਸ ਜਗ੍ਹਾ ਦੀ ਇੰਨੀ ਵੈਲਿਊ ਹੋ ਸਕਦੀ ਹੈ। ਇਹ ਸ਼ਾਮ ਦੀ ਸਿਟਿੰਗ ਦੀ ਪਲੇਸ, ਇਹ ਸੈਕਿੰਡ ਫਲੋਰ ਦੀ ਛੱਤ ਹੈ। ਸੈਕਿੰਡ ਫਲੋਰ ਦੇ ਲੈਫਟ ਔਰ ਰਾਈਟ ਦੇ ਉੱਤੇ ਦੋ ਰੂਮਸ ਨੇ। ਅੱਛਾ ਅੱਛਾ, ਇਹ ਦੱਸ ਰਹੇ ਨੇ ਕਿ ਇਹ ਛੱਤ ਕਮਜ਼ੋਰ ਹੋ ਕੇ ਇਹ ਛੱਤ ਗਿਰਨ ਵਾਲੀ ਹੈ। ਜੀ ਠੀਕ ਹੈ। ਇਹ ਇੱਕ ਰੂਮ ਹੈ ਔਰ ਇਹਦੀ ਉੱਤੇ ਛੱਤ ਹੈ, ਔਰ ਉੱਤੇ ਦਰਸ਼ਨ ਡਿਊੜੀ ਹੈ ਜਾਂ ਦਰਸ਼ਨ ਡਿਊੜੀ ਹੈ ਵੇ। ਇੱਥੋਂ ਬੈਠ ਕੇ ਬਾਹਰ ਨਜ਼ਾਰਾ ਕੀਤਾ ਜਾਂਦਾ ਸੀ ਘਰ ਦੇ ਅੰਦਰ ਦਾਖਲ ਹੋਣ ਵਾਲੇ ਦਾ। ਇਹ ਸਿਟਿੰਗ ਪਲੇਸ ਹੈ ਔਰ ਇਹ ਸਟੇਅਰਸ ਜਿਹੜੀਆਂ ਨੇ ਉੱਤੇ ਜਾ ਰਹੀਆਂ ਨੇ। ਸਟੋਰਸ ਔਰ ਬਾਥਰੂਮ, ਇਸੇ ਤਰ੍ਹਾਂ ਬਾਥਰੂਮ ਇੱਥੇ ਵੀ ਸੀ। ਔਰ ਇਹ ਜਗ੍ਹਾ ਦੂਸਰਾ ਰੂਮ, ਔਰ ਦੋਵਾਂ ਰੂਮਸ ਦੇ ਅੱਗੇ ਜਿਹੜਾ ਛੋਟੀ ਛੋਟੀ ਸੇਨ ਬਣੇ ਹੋਏ ਨੇ, ਦੇਖਣ 'ਚ ਬਹੁਤ ਪਿਆਰਾ ਬਾਹਰੋਂ। ਅੱਜ ਇਹ ਸ਼ਹਿਰ ਦਾ ਮਰਕਜ਼ ਹੈ। ਇਹ 11-12 ਕਮਰਿਆਂ ਦੀ ਜਿਹੜੀ ਹਵੇਲੀ ਹੈ, ਅੱਜ ਇਸਦੀ ਬਹੁਤ ਬੜੀ ਮਾਰਕੀਟ ਦੇ ਵਿੱਚ ਹੈ ਇਸ ਵੇਲੇ ਰਾਵਲਪਿੰਡੀ ਦੀ। ਤੁਸੀਂ ਦੇਖ ਰਹੇ ਹੋ ਹਵੇਲੀ ਦੁਰਗਾ ਨਿਵਾਸ, ਇੰਸਟ੍ਰਕਟਰਸ ਹਵੇਲੀ ਆਫ ਦੀ ਡਾਕਟਰ ਜਸਦੇਵ ਸਿੰਘ ਸਾਹਨੀ। ਅੱਜ ਕੱਲ੍ਹ ਇੰਗਲੈਂਡ ਹੁੰਦੇ ਨੇ। ਔਰ ਇੱਥੋਂ ਇਹ ਦੇਖੋ ਤੁਸੀਂ, ਇਹ ਸਿਟਿੰਗ ਪਲੇਸ ਹੈ। ਇਹ ਪਿੰਡੀ ਜਾਂ ਪੁਰਾਣੇ ਘਰਾਂ ਦੇ ਵਿੱਚ ਇੱਕ ਅਛੂਤਾ ਕੰਮ ਹੁੰਦਾ ਸੀ ਕਿ ਜਿੱਥੇ ਲੋਕ ਸ਼ਾਮ ਨੂੰ ਬੈਠਦੇ ਸਨ। ਸ਼ਾਮ ਦੇ ਟੱਲੇ ਸਾਏ ਨੇ, ਮੈਂ ਵੀ ਬੈਠਣਾ ਹਾਂ ਥੋੜ੍ਹੀ ਦੇਰ ਲਈ ਇੱਥੇ। ਇਹ ਉਹ ਜਗ੍ਹਾ ਜਿੱਥੇ ਲਿਖਿਆ ਹੋਇਆ ਸੀ ਦੁਰਗਾ ਨਿਵਾਸ। ਇਹ ਉਹ ਜਗ੍ਹਾ ਹੈ ਜਿੱਥੇ ਡਾਕਟਰ ਸਾਹਿਬ ਤੁਸੀਂ ਮੈਨੂੰ ਕਹਿ ਰਹੇ ਸੀ ਕਿ ਤੁਹਾਡੇ ਅੰਕਲ ਜੀ ਦਾ ਘਰ ਸੀ। ਸਰਦਾਰ ਬਲਵੰਤ ਸਿੰਘ ਜੀ ਦਾ ਘਰ ਇਸ ਜਗ੍ਹਾ ਦੇ ਉੱਤੇ ਸੀ। ਵੱਡੀ ਹਵੇਲੀ ਸੀ, ਲੇਕਿਨ ਆਈ ਥਿੰਕ ਉਹਨੂੰ ਤੋੜ ਦਿੱਤਾ ਗਿਆ
ਉਹਦੇ ਵਾਕਿਆ ਤੁਹਾਨੂੰ ਮੈਂ ਦਿਖਾ ਸਕਦਾ ਵਾਂ ਕਿ ਇਹ ਹੈ ਨੇ ਕੁਛ ਅਲਮਾਰੀਆਂ ਕੁਛ ਚੀਜ਼ਾਂ ਜਿਹੜੀਆਂ ਨੇ ਸਰਦਾਰ ਬਲਵੰਤ ਸਿੰਘ ਹਵੇਲੀ ਹਵੇਲੀ ਜਿਹੜੀ ਸੀ ਇਸ ਜਗ੍ਹਾ 'ਤੇ ਹੁੰਦੀ ਸੀ ਔਰ ਇਹ ਥੱਲੇ ਹੀ ਮਿਠਾਈ ਦੀ ਦੁਕਾਨ ਹੁੰਦੀ ਸੀ। ਮੈਂ ਹਾਂ ਤੁਹਾਡਾ ਆਪਣਾ ਹੋਸਟ ਔਰ ਤੁਸੀਂ ਦੇਖ ਰਹੇ ਹੋ ਹਵੇਲੀ ਦੁਰਗਾ ਨਿਵਾਸ, ਜੋ ਕਿ ਅੱਜ ਕੱਲ੍ਹ ਹਵੇਲੀ ਜਿਹੜੀ ਹੈ ਮੀਰ ਬਾਬਾ ਦੇ ਨਾਮ ਤੋਂ ਜਾਣੀ ਜਾਂਦੀ ਹੈ। ਇਹ ਜਿਹੜੇ ਫਾਇਰ ਪਲੇਸ ਨੇ ਉਹਨਾਂ ਦਾ ਰਸਤਾ ਗੈਸਾਂ ਬਾਹਰ ਨਿਕਲਣ ਦਾ। ਇਸ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਕੰਪਲੈਕਸ, ਗੁਰਦੁਆਰਾ ਕੰਪਲੈਕਸ ਹੈ, ਬਾਗ ਸਰਦਾਰਾਂ ਕਿਹਾ ਜਾਂਦਾ ਇਸ ਜਗ੍ਹਾ ਨੂੰ। ਇੱਥੋਂ ਹਾਰਡਲੀ 1 ਕਿਲੋਮੀਟਰ ਦੇ ਫਾਸਲੇ 'ਤੇ ਵੇ ਬਾਗ ਸਰਦਾਰਾਂ, ਔਰ ਬਾਗ ਸਰਦਾਰਾਂ ਵੀ ਇਹ ਗੁਰਦੁਆਰਾ ਕੰਪਲੈਕਸ ਜਿਹੜਾ ਰਾਏ ਬਹਾਦਰ ਸੁਜਾਨ ਸਿੰਘ ਰਈਸੇ ਰਾਵਲਪਿੰਡੀ ਦੇ ਹੱਥੋਂ ਬਣਿਆ ਹੋਇਆ ਬਿਊਟੀਫੁਲ ਗੁਰਦੁਆਰਾ ਹੈ। ਇੱਥੋਂ ਗੁਰਦੁਆਰਾ ਔਰ ਸ਼ਿਵ ਮੰਦਿਰ ਵੀ ਹੈ ਔਰ ਕ੍ਰਿਸ਼ਨਾ ਮੰਦਿਰ ਵੀ ਇਹਦੇ ਅੰਦਰ, ਤਿੰਨੋਂ ਚੀਜ਼ਾਂ ਇਕੱਠੀਆਂ ਨੇ। ਇਹ ਪਿੱਛੇ ਜਿਹੜਾ ਵੱਡਾ ਤੁਸੀਂ ਦੇਖੋ, ਅਗਰ ਇਹ ਪਿੰਡੀ ਦਾ ਮਸ਼ਹੂਰ ਮੰਦਿਰ ਜਿਹੜਾ ਦੇਸ ਰਾਜ ਸੇਠੀ ਤੁਸੀਂ ਦੇਖ ਰਹੇ ਹੋ, ਉਹ ਵੀ ਇੱਥੋਂ ਤਕਰੀਬਨ 1 ਕਿਲੋਮੀਟਰ ਦੇ ਫਾਸਲੇ 'ਤੇ ਹੈ ਔਰ ਬੰਨੀ ਇੱਥੋਂ ਹਾਰਡਲੀ 400 ਤੋਂ 450 ਮੀਟਰ ਦੇ ਫਾਸਲੇ 'ਤੇ ਹੈ। ਬਹੁਤ ਮਜ਼ਾ ਆਇਆ ਜੀ ਮੈਨੂੰ, ਔਰ ਮੈਂ ਇੱਕ ਵਾਰੀ ਫਿਰ ਮੀਰ ਬਾਬਾ ਔਰ ਉਹਨਾਂ ਦੇ ਬੇਟੇ ਦਾ ਸ਼ੁਕਰ ਗੁਜ਼ਾਰ ਹਾਂ ਜਿਨ੍ਹਾਂ ਨੇ ਕਿ ਮੈਨੂੰ ਹਵੇਲੀ ਨੂੰ ਕਵਰ ਕਰਨ ਦਾ ਮੌਕਾ ਦਿੱਤਾ ਔਰ ਇਸ ਬਿਊਟੀਫੁਲ ਹਵੇਲੀ ਦੇ ਅੰਦਰ ਆਉਣ ਦਾ ਮੈਨੂੰ ਜਿਹੜਾ ਸ਼ਰਫ ਹਾਸਲ ਹੋਇਆ। ਸ਼ਾਇਦ ਅੱਗੇ ਜੋ ਹਾਲਤ ਨਜ਼ਰ ਆ ਰਹੀ ਹੈ ਇਸ ਹਵੇਲੀ ਦੀ, ਮੇ ਵੀ ਆਉਣ ਵਾਲੇ ਦਿਨਾਂ ਵਿੱਚ ਇਹ ਹਵੇਲੀ ਬਾਕੀ ਨਾ ਹੋਵੇ, ਲੇਕਿਨ ਇਹਦੀਆਂ ਯਾਦਾਂ ਜ਼ਰੂਰ ਰਹਿਣਗੀਆਂ ਔਰ ਤਾਰੀਖ ਦਾ ਹਿੱਸਾ ਬਣ ਜਾਵੇਗੀ ਇਹ ਹਵੇਲੀ, ਜਿਹਨੂੰ ਕਿ ਦੁਰਗਾ ਨਿਵਾਸ ਕਿਹਾ ਜਾਂਦਾ ਸੀ। ਇਹ ਗੇਟ ਜਿਹੜਾ ਬੈਕ ਸਾਈਡ 'ਤੇ ਵੀ ਜਾ ਕੇ ਖੁੱਲ੍ਹ ਜਾਂਦਾ, ਬਹੁਤ ਪਿਆਰਾ ਆਰਕੀਟੈਕਚਰ ਹੈ। ਇਹ ਫਲੋਰ ਬਿਲਕੁਲ ਆਪਣੀ ਓਰਿਜਿਨਲ ਹਾਲਤ ਦੇ ਵਿੱਚ ਹੈ। ਯਾਦਾਂ ਕਿਸੇ ਦੀ ਵੀ ਹੋਣ ਹਮੇਸ਼ਾ ਚੰਗੀਆਂ ਹੀ ਹੁੰਦੀਆਂ ਨੇ, ਪਿਆਰੀਆਂ ਹੀ ਹੁੰਦੀਆਂ ਨੇ। ਮੈਂ ਫਿਰ ਇੱਕ ਵਾਰੀ ਸ਼ੁਕਰ ਗੁਜ਼ਾਰ ਹਾਂ ਇਹਨਾਂ ਦਾ ਕਿ ਇਹਨਾਂ ਨੇ ਮੈਨੂੰ ਹਵੇਲੀ ਨੂੰ ਦੇਖਣ ਦਾ ਮੌਕਾ ਦਿੱਤਾ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਤੁਸੀਂ ਦੇਖ ਰਹੇ ਹੋ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬ ਪੇਜ, ਮੇਰਾ ਸੋਹਣਾ ਪੰਜਾਬ ਔਰ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ।